ਕਿੱਕਲੀ ਕਿੱਕਲੀ ਪੈਂਦੀ ਆ ਕਿੱਕਲੀ ਪਾਉਣ ਲੱਗਾ ਅਸੀਂ ਤਾਂ ਪੀਲਾ ਪੀਲਾ ਕਰ ਛੱਡਿਆ ਸਮੋਸੇ ਆ ਗਏ ਆ ਲੰਬਾ ਮਸ਼ੀਨ ਦਾ ਅੱਜ ਜ਼ੋਰ ਲੱਗ ਗਿਆ ਆ ਅੱਜ ਕਹਿੰਦਾ ਪਿੰਡਾਂ ਵਾਲੇ ਨਹੀਂ ਹਟਦੇ ਹੁੰਦੇ ਨਾ ਟਾਲਣਾ ਕਿ ਮੂੰਹ ਦਿਨ ਕਰੀ ਮੁੰਡੀ ਦੀ ਅੱਖਾਂ ਕੇ ਕੱਛੇ ਦੇ ਕਹਿੰਦਾ ਦੇਖ ਲਾ ਕੋਲ ਆ ਜਨਾਨੀਆਂ ਨੂੰ ਪਰ ਆਤੇ ਤਾਂ ਪਈ ਜਾਂਦਾ ਸੀ ਮੀਂਹ ਇਹ ਵੀ ਵਿਚਾਰਾ ਗੰਦਾ ਹੋ ਗਿਆ ਸਾਰਾ ਇਹ ਵੀ ਧਵਾਉਣਾ ਆ ਚੰਗੀ ਤਰ੍ਹਾਂ ਤੇ ਬਾਕੀ ਯਾਰ ਮੌਸਮ ਦੇਖੋ ਅੱਜ ਬੱਦਲ ਪਾਈ ਜੀ ਫੇਰ ਬਹੁਤ ਜ਼ਿਆਦਾ ਆ ਤੇ ਬਾਕੀ ਮਾਰਨਿੰਗ ਵੈਰੀ ਵੈਰੀ ਗੁੱਡ ਆ ਜੱਟੋ ਕੀ ਹਾਲ ਚਾਲ ਹੈ ਮੇਰਾ ਤਾਂ ਸਾਰੇ ਬਿਲਕੁਲ ਠੀਕ ਠਾਕ ਹੋਗੇ ਚੜ੍ਹਦੀ ਕਲਾ ਚੋਗੇ ਤੇ ਮੈਂ ਸਵੇਰੇ ਜਿਮ ਗਿਆ ਨਹੀਂ ਸੀ ਕਿਉਂਕਿ ਸਵੇਰੇ ਯਾਰ ਮੈਂ ਉੱਠਿਆ ਸੀ ਉਸ ਟਾਈਮ ਪਈ ਜਾਂਦਾ ਸੀ ਮੀਂਹ ਬਹੁਤ ਜ਼ਿਆਦਾ ਪਈ ਜਾਂਦਾ ਸੀ ਮੈਂ ਕਿਹਾ ਹੁਣ ਕੀ ਜਾਣਾ ਆ ਤਾਂ ਕਰਕੇ ਆਪਾਂ ਅੱਜ ਗਏ ਨਹੀਂ ਜਿਮ ਤੇ ਬਾਕੀ ਹੁਣ ਰੈਡੀ ਫੈਡੀ ਹੋ ਗਏ ਆ ਤੇ ਹੁਣ ਆਪਾਂ ਚੱਲੇ ਸੀ ਕੰਮ ਤੇ ਚਲੀਏ ਜਾ ਕੇ ਦੇਖੀਏ ਜੱਸੀ ਤੇ ਭੁੰਡੀ ਨਾਲ ਕਿਹਨੇ ਕਿਹਨੇ ਜਾਣਾ ਕਿਹਨੇ ਕਿਹਨੇ ਨਹੀਂ ਜਾਣਾ ਚੱਲਦੇ ਹਾਂ ਕੰਮ ਤੇ ਸ਼ਿਕਾਰੀਆਂ ਦਾ ਰਵਾਨਤਾ ਬਾਹਰ ਭੂਰ ਭੂਰ ਜੀ ਲੱਗੀ ਉਹ ਆਹੀ ਵੀ ਚੱਲੇ ਸੀ ਰੁਕ ਗਏ ਹਾਂ ਸਟੇ ਲਾ ਲਈ ਆ ਘਰੇ ਹੀ ਹਾਲੇ ਕਿਉਂਕਿ ਭੂਰ ਭੂਰ ਜੀ ਲਾ ਪਈ ਆ ਭੈਣ ਬੱਦਲ ਤੁਹਾਨੂੰ ਪਤਾ ਹੀ ਆ ਕੰਮ ਬੜਾ ਹੀ ਖਰਾਬ ਹੋਇਆ ਪਿਆ ਮੌਸਮ ਦਾ ਇੱਦਾਂ ਨਹੀਂ ਤੁਹਾਨੂੰ ਪਤਾ ਲੱਗਣਾ ਮੀਂਹ ਪੈਂਦਾ ਕਿ ਨਹੀਂ ਪੈਂਦਾ ਇਹਦੇ ਇਹ 'ਚ ਪਤਾ ਲੱਗਦਾ ਇਹਦੇ ਲੱਗਦਾ ਪਤਾ ਪੈਂਦਾ ਵਾ ਮੀਂਹ ਮੈਂ ਤਾਂ ਇਹੀ ਨਹੀਂ ਮੰਨਦਾ ਹੈਗਾ ਇੱਕ ਰੰਗ ਬਰੰਗਾ ਜਿਹਾ ਪਾ ਕੇ ਕਨੇਡਾ ਚਲੋ ਬਈ ਅੰਦਰੋਂ ਵੀ ਗਾਲਾਂ ਖਾਓ ਹੁਣ ਪਹਿਲਾਂ ਲਓ ਜੀ ਇੱਧਰੋਂ ਬੰਦਾ ਰੈਡੀ ਕਰਨ ਲੱਗੇ ਹੋਏ ਤਿੰਨ ਜਾਣੇ ਠੀਕ ਹੈ ਜੀ ਮੀਂਹ ਪੈਂਦਾ ਬਾਹਰ ਬਹੁਤ ਜ਼ਿਆਦਾ ਔਰ ਕੀ ਉਹ ਪਜਾਮਾ ਵੀ ਆ ਪੂਰਾ ਫੁੱਲ ਰੈਡੀ ਕਰਕੇ ਲੈ ਕੇ ਜਾਣਾ ਸੀ ਟੈਨਸ਼ਨ ਨਾ ਰਵੇ ਸਾਨੂੰ ਕੋਈ ਹੋਰ ਕੀ ਐਨ ਪੂਰਾ ਰੈਡੀ ਸ਼ੈਡੀ ਕਰਕੇ ਜਾਣਾ ਮੀਂਹ ਬਹੁਤ ਆ ਬਾਹਰ ਪੈਂਦਾ ਲਓ ਜੀ ਮਿਸਟੇਕਾਂ ਕੀ ਕਰਨੀਆਂ ਸੀ ਪਜਾਮਾ ਪਾੜ ਛੱਡਿਆ ਇੱਧਰੋਂ ਪਾੜ ਛੱਡਿਆ ਪਜਾਮਾ ਕਰ ਛੱਡਿਆ ਕੰਮ ਆ ਦੇ ਚਲੋ ਕੋਈ ਨੀ ਇੰਨਾ ਕੁ ਹੁੰਦਾ ਜਾਂਦਾ ਰਹਿੰਦਾ ਵਾ ਇਹ ਪੰਜਾਬੀਆਂ ਦੀ ਆਦਤ ਹੁੰਦੀ ਆ ਜਾਂ ਨਾ ਪਤਾ ਹੋਵੇ ਕੁਛ ਨਾ ਕੁਛ ਕਰਨਾ ਤਾਂ ਜ਼ਰੂਰ ਹੁੰਦਾ ਅਸੀਂ ਰੈਡੀ ਛੈਡੀ ਕਰਦੇ ਹਾਂ ਜੀ ਅਸੀਂ ਨੂੰ ਪੂਰਾ ਐਨ ਨਾ ਜੀ ਹੋ ਗਿਆ ਜੀ ਅਸੀਂ ਪੂਰਾ ਰੈਡੀ ਐਨ ਸ਼ਗਨ ਪੈਣਾ ਉਹਦੇ ਉੱਪਰੋਂ ਦੀ ਤਾਂ ਬੰਧਣੀਆਂ ਪੱਧਰੀਆਂ ਜਾਂ ਤਿੰਨ ਜੱਸੀ ਤਾਂ ਪੀਲਾ ਪੀਲਾ ਕਰ ਛੱਡਿਆ ਤਾਜੂ ਨਾਲ ਲਾਡੀਆਂ ਪਾਣੀਆਂ ਹੋ ਰਹੀਆਂ ਉਹ ਘੜਾ ਉੱਪਰ ਤਾਜੂ ਅੰਦਰ ਚੱਲ ਜਾ ਮੀਂਹ ਪੈਂਦਾ ਤਾਂ ਅੱਜ ਚਲੋ ਹੁਣ ਅਸੀਂ ਵੀ ਚੜੀਏ ਭਰਾਵਾਂ ਬਹੁਤ ਟਾਈਮ ਹੋ ਗਿਆ ਜੱਸੀ ਚਲਾਉਂਗਾ ਹੁਣ ਮੈਂ ਤਾਂ ਚਲੋ ਫੇ ਆਪਾਂ ਕੰਡਕਟਰ ਹੀ ਉੱਠੇ ਨਹੀਂ ਆ ਰਹੀਆਂ ਪਿੱਛੇ ਪੁੰਡੀ ਚਲੋ ਉਹ ਮਾਈ ਗੋਡ ਪੰਜਾਬ ਚ ਫੇਰ ਦੁਬਾਰਾ ਸਿਆਲ ਆ ਚੁੱਕਿਆ ਦੀਦੀ ਨੀ ਹੋਣੀ ਚੰਗੀ ਤਰ੍ਹਾਂ ਆਲੂ ਭੁੰਡੀ ਨੇ ਕਰਨੀ ਛੁੱਟੀ 26 ਜਨਵਰੀ ਬਸ ਗੁਰਦਾਸ ਮਾਨ ਜੀ ਹੁਣੀ ਦੇਖਣ ਜਾਣਾ ਹੈ ਕਹਿੰਦਾ ਮੈਂ ਆ ਕੇ ਭੁੰਡੀ ਨੇ ਲਾਉਣੇ ਪਤੰਗ ਲੜਾਈ ਹੋ ਪਈ ਫੇਰ ਦੁਬਾਰਾ ਦੁੱਧ ਹੀ ਗਿਣੀ ਆ ਤੂੰ ਅਸੀਂ ਦੇਖੋ ਅੱਜ ਆਏ ਹੈ ਇਹਦਾ ਸਿਰਾ ਹੀ ਕਰਾ ਕੇ ਆਇਆ ਪਿਆ ਹੈ ਜੋਬਰ ਲੁੱਕ ਜਾ ਕੇ ਕਰੋ ਇੱਕ ਵਾਰੀ ਟਰੈਕ ਸੂਟ 'ਚ ਜਾ ਜਾ ਕੇ ਤਾਂ ਇੱਕ ਵਾਰੀ ਫਿਰ ਜੱਸੀ ਹੱਥ ਕਰਾ ਗਿਆ ਉੱਤੇ ਹੱਥ ਕਹਿਣ ਹੁੰਦੀ ਜਿੱਥੇ ਜਾ ਕੇ ਪੁੱਛੇਗੀ ਨਾ ਸਾਡਾ ਹਾਊਸ ਕਮੈਂਟ ਬੱਲੀਏ ਜਿਵੇਂ ਤੂੰ ਦਾ ਲੋਕ ਫੋਲੋ ਕਰਦੇ ਗੱਭਰੂ ਨੂੰ ਅਰੇ ਪਾੜਿਆ ਦਾ ਸਾਈਡ ਤੋਂ ਆ ਪਿੱਛੋਂ ਪੜ ਗਿਆ ਚੱਲ ਉੱਥੇ ਕਿਹੜਾ ਸਾਨੂੰ ਦੇਖਣਾ ਦੇਖਣਾ ਸਾਡਾ ਸੋਹਣਾ ਸੋਹਣਾ ਮੁਖੜਾ ਹੀ ਆ ਹਾਂ ਵੱਜ ਗਿਆ ਉਹ ਵੀ ਚੱਲ ਆ ਜਾ ਪਈ ਚੱਲਾ ਭੁੰਡੀ ਲੜ ਪਿਆ ਜੱਸੀ ਚੱਲਾ ਇੱਦੇ ਉੱਪਰ ਪੀਲੋ ਬਣ ਕੇ ਆਈ ਵਾਜ ਮਟਾਲੀ ਲਓ ਜੀ ਅਸੀਂ ਪਹੁੰਚ ਗਏ ਅਸੀਂ ਗੋਦਾਮ 'ਚ ਅਤੇ ਗੱਡੀਆਂ ਦਾ ਕਾਟੂਨ ਲਾ ਪਿਆ ਲੋਡ ਚਾਚਾ ਵੀ ਪਹੁੰਚ ਗਿਆ ਆ ਚਾਚੇ ਦਾ ਸਾਥੀ ਨਹੀਂ ਪਹੁੰਚਾ ਹਾਲੇ ਅਤੇ ਬਾਕੀ ਵੀ ਬੈਠਿਆ ਨਿਆਰੇ ਜੇ ਨਾ ਮੌਸਮ ਖਰਾਬ ਹੈ ਅੱਜ ਬਾਕੀ ਫਗਵਾੜ 'ਚ ਦੇਖੋ ਕਿੰਨੀ ਧੁੰਦ ਪਈ ਉਹ ਆ ਅਤੇ ਆਪਣਾ ਤੁਰ ਪਏ ਅਸੀਂ ਬਾਜ਼ਾਰ ਕਰਨ ਅਤੇ ਬਾਜ਼ਾਰ ਕਰੇ ਆਈਏ ਬਾਕੀ ਗੱਲਾਂ ਕਰਦੇ ਹਾਂ ਫਿਰ ਠੀਕ ਆ ਜੋ ਹੋਇਆ ਵੀ ਲੇਟ ਆ ਬਾਕੀ ਮੌਸਮ ਵੀ ਠੰਡਾ ਆ ਦੇਖੋ ਅੱਜ ਕਿੰਨੀ ਕੁ ਸੇਲ ਪਰਚੇਜ਼ ਹੁੰਦੀ ਆ ਕੀ ਹੁੰਦਾ ਆ ਝਾਲਦੇ ਹਾਂ ਬਾਜ਼ਾਰ 'ਚ ਨੂੰ ਪਹਿਲੀ ਦੁਕਾਨ ਕਰਕੇ ਹਟੇ ਸੀ ਜਾਣ ਨੂੰ ਮੀਂਹ ਪੈਣ ਲੱਗ ਪਿਆ ਯਾਰ ਅੱਜ ਮੌਸਮ ਫੇਰ ਬਹੁਤ ਖਰਾਬ ਆ ਮਸੀਂ ਆਏ ਹਾਂ ਕੰਮ 'ਤੇ ਆਹ ਜੀ ਅੱਜ ਭੁੰਡੀ ਵੀ ਪਹਿਲਾਂ ਵਿਹਲੇ ਹੋ ਕੇ ਖੜ੍ਹੀ ਆ ਚਾਚਿਆਂ ਨੇ ਵੀ ਟਾਈਮ ਨਾਲ ਵਿਹਲੇ ਹੋ ਕੇ ਖੜ੍ਹੇ ਲੱਗਦੇ ਆ ਮੈਨੂੰ ਅੰਦਰ ਚਾਹ ਪੀਣ ਗਏ ਉਹ ਆ ਅਤੇ ਹੁਣ ਬਾਬਾ ਵੀ ਇੱਥੇ ਹੀ ਚਾਹ ਪੀਣ ਦੀ ਫਿਰ ਰਾਤ 'ਚ ਆ ਵੀ ਇਹਨਾਂ ਕੋਲ ਚਾਹ 'ਚੋਂ ਪੀਤੀ ਜਾਵੇ ਅੱਜ ਬੈਠ ਕੇ ਸ਼ੁਕਲ ਮੇਲਾ ਲਾਇਆ ਜਾਵੇ 10 ਮਿੰਟ ਅਤੇ ਆਪਾਂ ਉੱਧਰੋਂ ਲਿਆਈਏ ਫਰੂਟ ਖਾਣ ਨੂੰ ਕੇਲੇ ਡਾਇਟ ਚਾਹੇ ਜਿੰਮ ਗਏ ਚਾਹੇ ਨਹੀਂ ਗਏ ਆ ਪਰ ਆਪਾਂ ਡਾਇਟ ਤਾਂ ਆਪਣੀ ਮੇਨਟੇਨ ਕਰਕੇ ਰੱਖਣੀ ਹੁੰਦੀ ਆ ਡਾਇਟ ਜ਼ਰੂਰੀ ਆ ਡਾਇਟ ਕਰਦੀ ਹੈ ਸ਼ੁਰੂ ਗੱਡੀਆਂ ਰੋਕ ਲਈਆਂ ਦੋਨੇ
बाकी अंदर बैठे नजारे ना चाह पीन लगे वा। आखिरी दुकान से गोल ब्रदर हुणा दी उत्थे भी भार हटे सी। ठीक है जी हुण आपां चलीए गोदाम च, गोदाम च जाके फिर खाने रोटी। बाबा लगा इधर बैल बनाउण, मौसम हो गया इदां दा फिर दोबारा धुप जी निकलदी सी विच पछाले जे। रोटी ला पाए खान, गोदाम च पहुँच गए हैं। बरेड़ियां च फिर बहुत कट्ठियां करके बैठे नजारे है ना, सारे जने लगे हुए खा लीए रोटी। वह खड़ियाँ दो बार गड्डिया लोड एन पूरियां फुल कौड़े दे जानियां, दो दियां दो ही देखते हैं कौन कौन जाता। चोबर गलती ना आ गया साढ़े आए गोदाम च, जाना होर किसी गोदाम च सी, गलती नाले पहुँच गया साढ़े को। गड्डी बैक करा दीए, गड्डी वापसी कराती सी, चलीए गोदाम च फिर दोबारा। हुण लापा सी कर गड्डियां लोड, भूडी भी आ गया घर दी लोड काम नबेड़िए यार। हुण फुरती ना जाना घर, भाई ने भी जाना कितने पासे प्रोग्राम से ता करके कथना भी चक ली दी तकड़े बंदे हैं। उपरों लापा सी गड्डी लोड कर, ठीक है बाकी बंदे सारे गए अज ऑर्डर से, पकौड़े का ऑर्डर से। मैं तो भूडी दो जने आप लगे हुए जी डाले पौन, मैं भूडी की गड्डी लोड करवानी है, भूडी ने मेरे ना गड्डी लोड करवानी। टाइम घूम लग जाना आप, टाइम ना वेले हो जाना आप। तेना को गए कलैमका चले समान छड़न, स्पेशल ऑर्डर आ गया वा। मैं भूडी जी अपने दो ही जाने हैं, भूडी को भी है पानी की पेटी, पहले छटे ही सिटी हट। ठीक है एवं ना बारियां पवा लीए राह जे, साडा पता भी है नहीं कोई ड्राइवर भी बहुत जरूरी लगा सिटी हट। भूडी चले गए चाके, मैनू हूँ भरावा खारा जोड़ा भारी चीज है वो मेरे हड्डा गर्म फसाती है, भारियां चीजा मैनू फड़ाती आप हल्का जहा पानी लैके नठ गया। मछिया मुछियां रखी सिटी हाट च सोनिया, खुराक खरूक मेंटेनेंस करके रखनी पैंती है। महात्मा बुद्ध जी होनी भूडी जी होनी डाला लैन गए वा, लेने गए उपर से आ जाएंगे। एक तो बंदे लैके जाते पांच पांच सात सात जाने आहो, उ रीन का हों काम इन्हों का। हूँ की गल फोन ही चकता, तू ही गाल कट कटा गंदी हूँ, मैं वीडियो बनाने तू गाल क्ढी जाना। फोन भी नहीं चकते, गड्डिया लोड़ है मैं निकल दया तैयारियां हैं, बस चलीए। उन्हें की कहना चाह पी ले चोबरा ने, चलो तो 911 चलीए, सानू तो ऑर्डर आ गया वा गोदाम बंद कराने का। हाँ स्पेशल ऑर्डर आया सानू गोदाम बंद करा जाना, उन्ना टाइम अस इतने। ठीक है एसी लगा अपने ब्लॉग में एडिटिंग करना, अरे नहीं मानता ना ब्लॉग पूरा बना रीजा ना। उधरों गोदाम बंद करा दीए, लस्सी खड़ा नजारे जहाँ ना, बस चलीए यार। मीह मूह का फिर नहीं कुता पता, बदल ज्यादा होया ही है पर पिया पुआ है नहीं गा बचा रहा है। तो बाकी हूँ बस आप गोदाम जंदे लाने की तैयारियां च आ, भूडी लाने लिया जाता हसी देखता जाता, गुस्सा देखता यदा हादसे का गुस्सा आता। लवा के जिंदे हम तुर पे ही अं उधरों मोटर लिया, उधर खड़ा किया इधर गंद गारा बहुत सी, तो चलते हैं लॉगिंग एडिटिंग करनी लाती सी। ठीक है इदा टाइम लग जाता प्रोसैसिंग से, बहुत लंबा जोड़ा टाइम लग जाता। तुम कह दें कि उदा ही ब्लॉग ब्लू हो जाते हैं। जसी उपर न गया है, भूडी मेरे को खड़ा है, आ खाण चक लिया पैकेट जहा खावे नज़ारे जहाँ ना। अज पार्टी इको करनी, अच्छ गोल गप्पे खाण मेरा जी नहीं करता, समोसे आ गए हूँ ये उत्थे खाने अं पार्टी अच्छ उत्थे चलूगी। ठीक है जी बाकी पार्टी उत्थे चलूगी, चोबर पहुँच गया आ केस गुजी जहा ये मूड बन दिया अज कहते मौसम मीह वाला सी ता करके। मामा जी, मामा जी ने पहले लड्डू खिलाते सी, पहला पाया वा सानू लड्डू खिलाते सी। अच्छा समोसे अज खिलाते, मौसम सोहना करके अज फिर समोसे खिलाते आ। हाँ आप अच लड़ी जाते हैं, इन्हों का ही नहीं पता लगता है सधारण बी टावर को पहुंच चुके हैं। आप टावर से मुड गए वहां,
ਤੇ ਹੁਣ ਜਾ ਕੇ ਕਰੀਏ ਸਟੇ। ਹੁਣ ਕੱਲ ਦਾ ਤਾਂ ਮੈਂ ਕਹਿੰਦਾ ਉੜ ਗਿਆ ਉਹਨੇ ਟੱਕਣ ਟੁੱਕਣ ਵੀ, ਕੱਲ ਦਾ ਮੀਂਹ ਮੂੰਹ ਬਹੁਤ ਜ਼ਿਆਦਾ ਪਿਆ ਆ, ਠੀਕ ਆ। ਹੁਣ ਟੱਕਣ ਟੁੱਕਣਾਂ ਦੀ ਗਿਣਤੀ ਤਾਂ ਆਪਣੇ ਕੋਲ ਹੋਣੀ ਨਹੀਂ ਨਾ, ਹੁਣੇ ਆ ਪਏ ਉਹ, ਤੇ ਸਟੇ ਲਾ ਲਈਏ ਹੁਣ। ਓ ਮਾਈ ਗੋਡ, ਇੱਕ ਟੱਕਣ ਲੱਭਿਆ ਆ ਸਾਨੂੰ, ਇੱਕ ਟੱਕਣ ਪਿਆ ਆ ਜਿਹੜਾ ਰੱਖ ਕੇ ਗਏ ਸੀ ਪੁੰਡੀ ਚੋਂ, ਖਾਣਾ ਦਾਣਾ ਖਾ ਗਿਆ ਕੋਈ, ਅੱਜ ਵੀ ਰੱਖਿਆ ਜਾਊਗਾ। ਲਓ ਜੀ ਹੁਣ ਸਮੋਸੇ ਖਾ ਲਈਏ, ਅਸੀਂ ਖਾ ਟਿਆ ਸਮੋਸਾ ਪਹਿਲਾਂ ਹੀ, ਉੱਥੋਂ ਹੀ ਕੰਮ ਚੱਕ ਕੇ ਰੱਖਿਆ ਆ, ਹੁਣ ਆਹ ਵੀ ਲਿਆਉਂਦੇ ਸੀ ਖਾਣ ਨੂੰ। ਚਲੋ ਹੁਣ ਇਹ ਖਾ ਲੈਣਾ, ਇਹ ਵੀ ਮਾੜਾ ਮਾੜਾ, ਇਹ ਵੀ ਮਾੜਾ ਮਾੜਾ ਖਾ ਲੈਣਾ ਆ। ਪੁੰਡੀ ਪ੍ਰਸ਼ਾਦ ਰੱਖੋ ਢੱਕਣ 'ਚ, ਠੀਕ ਆ, ਪ੍ਰਸ਼ਾਦ ਰੱਖੋ ਢੱਕਣ 'ਚ, ਆਪਾਂ ਆਪਣੇ ਵਾਲੀ ਥਾਂ 'ਤੇ ਖੜ ਗਏ ਹਾਂ। ਫੜ ਪੁੰਡੀ ਸਮੋਸੇ, ਮੈਂ ਮੜ ਜਾ ਆਲੇ ਦੁਆਲੇ ਦਿਖਾ ਲਵਾਂ ਵਿਊ, ਹੱਥ ਹੋਈ ਪਈ ਆ ਪੂਰੀ ਉਹਦੇ, ਕੋਈ ਚੱਕਰ ਨਹੀਂ, ਆਪਾਂ ਆਪਣੀ ਸਟੇਅ 'ਤੇ ਖੜ ਗਏ ਆ ਕੇ। ਪੁੰਡੀ ਨੇ ਪ੍ਰਸ਼ਾਦ ਰੱਖਤਾ, ਮੁਝੇ ਰੱਖ ਦੇ, ਸਮੋਸਾ ਵੀ ਰੱਖੋ ਮਾੜਾ ਮਾੜਾ, ਕੱਲ ਨੂੰ ਦੇਖਣਾ ਵੀ ਆ ਕੀ ਖਾ ਹੋ ਗਿਆ ਕੀ ਨਹੀਂ ਹੋ ਗਿਆ, ਨਾਲ ਹੁਣ ਨਹੀਂ ਮੰਨਦਾ ਭੁੰਡੀ ਨਹੀਂ ਇੱਕ ਤਾਂ ਟੈਕਦਾ ਹੈਗਾ। ਅੱਛਾ ਪਹਿਲਾਂ ਉਹ ਲਾਉਣਾ ਪੋ, ਚਲੋ ਚਲੋ ਰੱਖੋ ਰੱਖੋ, ਓ ਓ ਚਲੋ ਜੀ, ਟੈ ਟੈ ਟੈ, ਓ ਓ ਮਿਸਟੇਕ ਹੋ ਗਈ, ਬਾਹਰ ਛੱਡ ਦਿੱਤੀ ਉਹ ਬਿੰਗੇ ਟੇਢੇ ਜਿਹੇ ਮੇਢੇ ਆ, ਤੇ ਭੁੰਡੀ ਰੱਖ ਲਾ ਲਾ ਕੇ ਖਾ ਕੇ ਦੇਖਾਂਗੇ ਜੇ ਨਵਾਂ ਟੈਸਟ ਕਰਦੇ ਹਾਂ ਕੀ ਬਣਦਾ ਆ। ਨਹੀਂ ਜਾਂਦੀ ਕਿਤੇ, ਸੋਸ ਕਰਦੀ ਆ, ਸਮੋਸਾ ਕੱਢ, ਨਹੀਂ ਜਾਂਦੀ, ਲਿਫਾਫੇ ਜੇ ਪਈ ਆ। ਚਲੋ ਜੀ ਪ੍ਰਸ਼ਾਦ ਇਹ ਵੀ ਰੱਖਤਾ ਹੁਣ, ਨਹੀਂ ਇਹੀ ਨਹੀਂ ਮਾਣ ਹੈਗਾ, ਭੁੰਡੀ ਨਹੀਂ ਹਟਦਾ। ਚਲੋ ਜੀ ਹੁਣ ਆਪਾਂ ਖਾ ਲਈਏ ਸਮੋਸੇ, ਉਹ ਲਿਆਓ ਮਹਾਰਾਜ ਜੀ, ਠੀਕ ਆ। ਫੇਰ ਕੀ ਹੋਇਆ, ਟੁੱਕਿਆ ਕਿਹੜਾ ਖਾ ਨਹੀਂ ਹੋਣਾ, ਉੱਦਾਂ ਵੀ ਟੁੱਕੇ ਹੁੰਦਾ ਜਾਣਾ ਅੰਦਰ ਨੂੰ, ਜੱਸੀ ਪਹਿਲਾਂ ਖਾ ਟਿਆ, ਹੁਣ ਖਾ ਲਈਏ ਸਮੋਸੇ। ਸਮੋਸਾ ਅੱਧਾ ਖਾ ਲਿਆ ਜੀ, ਭੁੰਡੀ ਵੀ ਲੱਗਾ ਆ, ਨਾ ਇਹ ਦੇਸ਼ ਇਹਨਾਂ ਦੇ ਰਹਿਣ ਸਹਿਣ ਯੋਗ ਨਹੀਂ ਹੈਗਾ, ਕੰਧ ਪਾਇਆ ਪਿਆ ਆ, ਭੁੰਡੇ ਹੱਥ ਵੀ ਲਵੇੜ ਲਏ ਆ, ਸੋਸ ਪਾਉਂਦੇ ਨੇ, ਇਹ ਕੁਛ ਨਾ ਕੁਛ ਤਰੰਗੀ ਜਿਹਾ ਕਰਦਾ ਹੀ ਰਹਿੰਦਾ। ਹਾਂ ਹੁਣ ਆ ਬਿੰਗੋ ਟੇਢੇ ਮੇਢੇ ਜਿਹਾ ਵੀ ਟਰਾਈ ਕਰਨੇ ਆ, ਸੋਸ ਨਾ ਕੁਛ ਅਤਰੰਗੀ ਜਿਹਾ ਖਾਣ ਦੀ ਟਰਾਈ ਕਰਨੀ ਆ। ਜੱਸੀ ਨੇ ਸਵਾਦ ਦੇਖਣਾ ਆ ਕੀ ਬਣਦਾ, ਸਵਾਦ ਕੀ ਟੈਸਟ ਨਿਕਲਿਆ ਖਾਣ ਵਾਲੇ ਆ। ਚਲੋ ਫਿਰ ਕਾਲੀ ਕਾਲੀ ਸਮੋਸਾ ਖਤਮ ਕਰੀਏ, ਇਦੂ ਪਹਿਲਾਂ ਮੁੱਕਣ। ਲਓ ਜੀ ਹੁਣ ਆਪਾਂ ਵੀ ਟਰਾਈ ਕਰੀਏ, ਹੁਣ ਆਪਾਂ ਵੀ ਟਰਾਈ ਕਰੀਏ ਕੀ ਰਿਜ਼ਲਟ ਤਾਂ ਸਿੱਟਾ। ਓਏ ਹੋਏ ਉਹਦੇ ਬੀ ਐਮ ਡਬਲਿਊ ਗਈ ਆ, M3 ਸਰਾ ਹੀ ਗੱਲਬਾਤ ਆ ਬਾਬਾ, ਪਟਾਕਾ ਦੇਖਿਆ ਪਾਉਂਦੀਆਂ ਨੇ, ਆਪਾਂ ਭਰਾਵਾ ਖਾ ਪੀ ਲਈਏ, ਸਾਡਾ ਕੀ ਅਸੀਂ ਕੀ ਲੈਣਾ ਦੇਣਾ, ਦੇਖਦੇ ਹਾਂ ਚਟਨੀ ਨਾਲ ਕੀ ਸਵਾਦ ਬਣਦਾ। ਸੋਸ ਵੀ ਦੂਜੀ ਆ, ਸਵਾਦ ਵਧੀਆ ਹੈ ਯਾਰ, ਮਾੜਾ ਨਹੀਂ ਹੈਗਾ। ਇਹ ਉੜ ਜਾਣਾ, ਫੜ ਕੇ ਰੱਖ ਇਹਨੂੰ, ਨਜ਼ਾਰੇ ਆ ਨਾ ਖਾਈ ਜਾਂਦਾ ਸੀ। ਅੱਜ ਹੜੰਬਾ ਹੜੰਬਾ ਮਸ਼ੀਨ ਦਾ ਅੱਜ ਜ਼ੋਰ ਲੱਗ ਗਿਆ ਆ, ਅੱਜ ਕਹਿੰਦਾ ਮੈਂ ਨਹੀਂ ਖਾਣੇ, ਹਾਲੇ 3 ਪੈਕਟ ਲਿਆਉਂਦੇ ਹੋ ਸੀ, 1 ਪੈਕਟ ਨਹੀਂ ਖਾਧਾ ਗਿਆ, ਦੇਖ ਲਓ। ਉਹੀ ਤਾਂ ਗੱਲ ਆ, ਹੜੰਬਾ ਮਸ਼ੀਨ ਅੱਜ ਸਲੋਅ ਹੋ ਗਈ ਆ, ਗਰਾਰੀਆਂ ਗਰੂਰੀਆਂ ਜਾਂ ਨਵੀਆਂ ਪਾਉਣੀਆਂ ਪੈਣੀਆਂ ਆ। ਹਾਂ ਬਸ ਹੜੰਬਾ ਮਸ਼ੀਨ ਅੱਜ ਸਲੋਅ ਹੋ ਗਈ, ਹੁਣ ਖਾਈਏ ਤਾਂ ਚੱਲੀਏ ਯਾਰ, ਬਹੁਤ ਟਾਈਮ ਹੋ ਗਿਆ। ਤੂੰ ਆਪਾਂ ਰੋੜ ਕੇ ਸਿੱਟਣਾ ਉੱਥੇ ਤੱਕ, ਉਹ ਉੱਥੇ ਜਾ ਕੇ ਕਰਨਾ ਸਟਾਰਟ। ਚੱਲੀਏ, ਠੰਡ ਹੋਈ ਜਾਂਦੀ ਆ, ਜੱਸੀ ਨੂੰ ਦੱਸ ਪਿਆ ਪਤੰਗ ਰਾਹ ਚ, ਉਹਦੇ ਹੁਣ ਚੱਲਾ ਪਤੰਗ ਚੱਕਣ, ਅੱਜ ਫਿਰ ਤਾਜੂ ਖੇਲੂਗਾ ਜਾ ਕੇ, ਹੋਰ ਨਹੀਂ ਕੋਈ ਗੱਲ, ਹੁਣ ਬੂਟ ਪਾਟ ਪਹਿਲਾਂ ਗਿੱਲੇ ਕਰ ਲਵੇ, ਤਾਂ ਪਤਾ ਵੀ ਨਹੀਂ ਕੋਈ ਸਦਾਈ ਦਾ ਗਿਆ ਆ, ਹੁਣ ਦੇਖਦੇ ਹਾਂ ਜਾ ਬੜਿਆ ਯਾਰ। ਡੋਰ ਤਾਂ ਇੱਥੇ ਪੈਂਦੀ ਸੀ ਨਾ ਪੁੰਡੀ, ਇਹਦੇ ਹੁਣ ਲੱਤਾਂ 'ਚ ਪੈਂਦੀ ਸੀ ਹਾਲੇ ਯਾਰ, ਇਹਨੇ ਦਿਲਾਂ ਸਦਾਈ ਜਾਂ ਇਹਨੇ, ਫਿਰ ਉੱਥੇ ਜਾ ਬੜਿਆ ਮੁੱਢ ਐਨ, ਉਹਦੇ ਚੱਕ ਲਿਆ ਵੇ। ਹੁਣ ਪਿੰਡਾਂ ਵਾਲੇ ਨਹੀਂ ਹਟਦੇ ਹੁੰਦੇ, ਨਾ ਟਲਣਾ ਹੁੰਦਾ ਨਾ ਇਹ ਨਹੀਂ ਹਟਣਾ ਹੁੰਦਾ, ਜੋ ਮਰਜ਼ੀ ਹੋ ਜਾਵੇ, ਪਤੰਗ ਚੱਕ ਲਿਆਂਦਾ, ਮੋਰਚਾ ਫਤਿਹ ਕਰਤਾ ਆ। ਹੁਣ ਆ ਜਾ ਹੁਣ ਘਰ ਰਹਿ ਕੇ ਚੜਾ ਲਈ, ਆ ਜਾ ਹੁਣ ਮੋਰ ਇਹਨਾਂ ਟੈਪੇ ਮੂੰਹ ਪਾਨੇ, ਤਾਇਆ ਦੇਖਦਾ ਹੋਣਾ ਪਤੰਗ ਦੀ ਲੋੜ ਚ, ਉਹਦੇ ਇਹ ਤਾਂ ਦਿਸਣਾ ਵੀ ਨਹੀਂ, ਉਹ ਲੱਭਣਾ ਔਕੜਾ, ਉਹ ਮਜ਼ਾਕ ਉਡਾਉਣਾ ਜੱਸੀ ਦਾ, ਨਹੀਂ ਬੰਦਾ ਉਹ ਖਾ ਬੰਦਾ ਬਹੁਤ ਖਾਸ ਆ, ਸਾਡਾ ਅੱਡਣਾ ਪੂਰੀ ਬਹਿਣੀ ਉੱਟਣੀ ਆ ਬੰਦੇ ਦੀ, ਪਰ ਹੈ ਹਰਾਮੀ ਆ ਥੋੜ੍ਹਾ ਜਿਹਾ, ਇਹ ਥੋੜ੍ਹਾ ਜਿਹਾ ਹੈ ਹਰਾਮੀ ਆ ਕੀ।
लपेटा पाऊगा वीडियो बंद करनी पैनी मेनू फेरे कच्छा चाक होना है पूंडी लगता गल नहीं है शर्माई जाना कच्छा लै जी पुनी तेरा ही असि नी हक नहीं हक नहीं जमाते हक नहीं जमाने असि तू लै जी कच्छा कमाई दे आ लो जी कच्छा गैप करता पूंडी ने हुण हौली हौली परे मुंह दे कदा लको लै जनानिया हुण डोर कट्ठी करी जांदा फेक गया पूंडी नहीं कहने पता लगता यार फेक गया कच्छा ही आ किकली किकली पैंदी आ किकली पौन लगा इन्हों का बखरा ही कम एक तो पतंग लुट लिया उसका डोर कट्ठी करी जाते नेरा हो जाता वह भी कोई कोई चक्कर नहीं पतंग देखो आज आड़ से खड़ गया है जब कहते मजाजन नचती है वो चीज़ हुई हो पई है नहीं रीसा अड़ा लिया पतंग एक तो होर सलाहकार आड्डा वो डोर कट्ठी कर ला तू गलड़ी राज जिहड़ा पतंग लिया ओहदा पाड़ता आ डोर लैंदी आ ताजू मंगी जांदा ओहदे उपर कड़ा पतंग उड़ाउण लगे वाह ओहदे उड़ाई जांदे आ पतंग हवा चली जांदी आ ते आपां वी चलीए यार घर नूं हुण नेरे आ ना बहुत टाइम हो गया आ छे बज के 20 मिनट हो गए सी ते आपां पहुंच चुके सी घर ते बाकी जे ब्लॉग वधिया लगे तां लाइक कमेंट शेयर ते मेरे चैनल सब्सक्राइब करना ना भुल्लो यार लाइक जरूर कर दिया करो वीडियो नूं ठीक है तुसीं लाइक नहीं करदे मैं वीडियो देख के भज जांदे आ सो लाइक जरूर कर दिया करो वीडियो नूं कुछ टाइम लगदा लाइक जरूर कर दिओ।